ਅੱਛਾ ਸੁਣ ਦੋਸਤ ਮੇਰੀ ਗੱਲ, ਮੈਨੇਜਰ ਸਾਹਿਬ, ਹੁਣ ਜਿਹੜੇ ਬੇਲਰ ਆ ਤੁਸੀਂ ਤਾਂ ਹੈਗੇ ਹੋ ਕਰੋੜ ਅਰਬਪਤੀ ਕੰਪਨੀਆਂ ਦੇ ਵਿੱਚ ਵੱਡੇ ਅਹੁਦਿਆਂ 'ਤੇ ਲੱਗੇ ਹੋਏ, ਜਾਂ ਜਿਹੜੇ ਤੁਹਾਡੇ ਇੰਪਲਾਈ 7-7 ਮਹੀਨਿਆਂ 8-8 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਇਹਨਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ। ਜੇ ਰੈਗੂਲੇਟਰ ਨਹੀਂ ਮੰਨੂਗਾ ਮੈਂ ਵਿਧਾਨ ਸਭਾ 'ਚ ਵੀ ਟੇਕਅਪ ਕਰ ਸਕਦਾ ਤੁਹਾਡਾ ਇਸ਼ੂ, ਤੁਹਾਡੇ ਲਈ ਵੀ ਹਾਹ ਦਾ ਨਾਰਾ ਭਰੂੰਗਾ ਹੀ ਨਹੀਂ ਹੈਗਾ। ਸਰਕਾਰ ਦੀ ਨਲੈਕੀ ਕਹਿ ਸਕਦਾ, ਮੈਨੂੰ ਜੀ ਐਮ ਨੇ ਦੱਸੀ ਸਾਰੀ ਗੱਲ ਵੀ ਸਾਡੇ ਨਾਲ 6 ਰੁਪਈਏ ਕਰਾਰ ਹੋਇਆ ਸੀ, ਹੁਣ ਸਾਡੀ 5 ਰੁਪਈਏ ਵੀ ਨਹੀਂ ਲੈ ਰਹੇ। 11 ਰੁਪਈਏ ਯੂਨਿਟ ਬਿਜਲੀ ਦੇ ਕਰਾਰਨਾਮੇ ਸਰਕਾਰ ਨਾਲ ਕਰਕੇ ਇੱਕ ਡੀਲ ਦੇ ਤਹਿਤ, ਅਤੇ ਉਹੀ ਡੀਲ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਆਈ ਹੋਈ ਹੈ। ਮੇਰੇ ਕੋਲ ਹਜ਼ਾਰਾਂ ਪੰਜਾਬ ਦੇ ਐਸੇ ਪਰਿਵਾਰਾਂ ਦੇ ਨਾਮ ਆ ਜਿਹੜੇ ਹਨੇਰੇ 'ਚ ਬੈਠੇ ਆ, ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਾ ਸਕੇ ਕਨੈਕਸ਼ਨ ਕੱਟ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਜੋ ਕਿ ਆਪਣੇ ਬੇਬਾਕ ਬੋਲਾਂ ਤੇ ਆਮ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਜਾਣੇ ਜਾਂਦੇ ਨੇ, ਫਿਲਹਾਲ ਦੀ ਘੜੀ ਜੋ ਵੀਡੀਓ ਸਾਹਮਣੇ ਆਈ ਹੈ ਉਸ 'ਚ ਸਿਮਰਜੀਤ ਬੈਂਸ ਵੱਲੋਂ ਲਾਈਵ ਹੋ ਕੇ ਗ੍ਰੀਨ ਐਨਰਜੀ ਪਲਾਂਟ ਮਾਣੂ ਕੇ ਗਿੱਲ ਮੋਗਾ ਦੇ ਕਰਮਚਾਰੀ ਜਿਨ੍ਹਾਂ ਨੂੰ ਪਲਾਂਟ ਵੱਲੋਂ 8 ਮਹੀਨਿਆਂ ਦੀ ਤਨਖਾਹ ਅਤੇ ਜਿਨ੍ਹਾਂ ਨੇ ਪਲਾਂਟ ਨੂੰ ਪਰਾਲੀ ਸਪਲਾਈ ਕੀਤੀ ਹੈ ਉਸ ਦੀ 9 ਤੋਂ 10 ਲੱਖ ਰੁਪਏ ਰਕਮ ਜੋ ਕਿ ਪਲਾਂਟ ਵੱਲੋਂ ਉਹਨਾਂ ਨੂੰ ਅਦਾ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਸਿਮਰਜੀਤ ਬੈਂਸ ਵੱਲੋਂ ਪਲਾਂਟ ਦੇ ਅਧਿਕਾਰੀਆਂ ਨੂੰ ਲਾਈਵ ਹੋ ਕੇ ਫੋਨ ਕੀਤਾ ਗਿਆ। ਫੋਨ ਤੇ ਪਲਾਂਟ ਦੇ ਅਧਿਕਾਰੀਆਂ ਨਾਲ ਬੈਂਸ ਦੀ ਕੀ ਗੱਲਬਾਤ ਹੋਈ ਇਹ ਤੁਸੀਂ ਖੁਦ ਹੀ ਸੁਣ ਲਵੋ। ਹੈਲੋ, ਸੋ ਸਿਗਾ ਮੈਂ ਤੁਹਾਡੇ ਦਰਸ਼ਨ ਕਰਨ ਆਏ ਸੀ, ਚਲੇ ਗਏ। ਅੱਛਾ, ਮੇਰੇ ਕੋਲ ਦੋਸਤ ਖੜੇ ਆ ਜਿਨ੍ਹਾਂ ਨੇ ਤੁਹਾਨੂੰ ਪਰਾਲੀ ਇਕੱਠੀ ਕਰਕੇ ਦਿੱਤੀ ਹੈ, ਕਿਸੇ ਦਾ 6 ਲੱਖ, ਕਿਸੇ ਦਾ 8 ਲੱਖ, ਮੇਰੇ ਖਿਆਲ 10 ਜਣੇ ਹੈਗੇ ਆ ਖੜੇ। ਇਹਨਾਂ ਨੇ ਕੀ ਗਲਤੀ ਕੀਤੀ ਤੁਹਾਨੂੰ ਐਨਰਜੀ ਪੈਦਾ ਕਰਨ ਲਈ ਪਰਾਲੀ ਇਕੱਠੀ ਕਰਕੇ ਦਿੱਤੀ? ਆਪਣਾ ਸੰਦ, ਟਰਾਲੀਆਂ, ਟਰੈਕਟਰ ਇਕੱਠੀ ਕਰਨ ਵਾਲੀ, ਬੇਲਰ, ਪਲਾਂਟ ਮੈਂ ਮਾਣੂ ਕੇ ਗਿੱਲ ਖੜਾ। ਵੈਸੇ ਤੁਹਾਡੇ ਪਲਾਂਟ ਹੈ ਕਿੰਨੇ ਆ ਪੰਜਾਬ 'ਚ? ਪੰਜਾਬ ਦੇ ਵਿੱਚ 3 ਪਲਾਂਟ ਆ, ਦੂਸਰੇ 2 ਕਿੱਥੇ ਆ ਮਾਣੂ ਕੇ ਦੇ ਬਿਨਾਂ? ਹਾਂ, ਅੱਛਾ, ਇੱਕ ਨਕੋਦਰ ਅਤੇ ਇੱਕ ਹੁਸ਼ਿਆਰਪੁਰ, ਉਹਨਾਂ ਦੀ ਪ੍ਰੋਡਕਸ਼ਨ ਸਟਾਰਟ ਆ? ਕਿੰਨੇ ਰੁਪਈਏ ਯੂਨਿਟ ਦੇ ਰਹੇ ਹੋ ਸਰਕਾਰ ਨੂੰ? ਇੱਥੇ ਕੀ ਪ੍ਰੋਬਲਮ ਆਈ ਮਾਣੂ ਕੇ ਆਉਣੇ 'ਚ? ਅੱਛਾ, ਕਿੰਨੇ ਮੈਗਾਵਾਟ ਦਾ ਹੈ? 6 ਮੈਗਾਵਾਟ ਦਾ। ਫਿਰ ਹੁਣ ਪ੍ਰੋਬਲਮ ਕੀ ਆ ਚੱਲਣ 'ਚ? ਹਾਂ,
ਅੱਛਾ ਹੁਣ ਐਤਕੀ ਕੌਣ ਹੈਗਾ ਰੈਗੂਲੇਟਰੀ ਕਮਿਸ਼ਨ ਦਾ ਹੈੱਡ ਕੌਣ ਆ, ਰੈਗੂਲੇਟਰ ਕੌਣ ਹੈਗਾ? ਅੱਛਾ ਸੁਣ ਦੋਸਤ ਮੇਰੀ ਗੱਲ ਮੈਨੇਜਰ ਸਾਹਿਬ, ਹੁਣ ਜਿਹੜੇ ਬੇਲਰ ਆ ਤੁਸੀਂ ਤਾਂ ਹੈਗੇ ਹੋ ਕਰੋੜ ਅਰਬਪਤੀ ਕੰਪਨੀਆਂ ਦੇ ਵਿੱਚ ਵੱਡੇ ਅਹੁਦਿਆਂ 'ਤੇ ਲੱਗੇ ਹੋਏ, ਇਹ ਇਹੀ ਕੁਛ ਕਮਾਉਂਦੇ ਆ ਅਤੇ ਇਹੀ ਖਾਂਦੇ ਆ, ਇਹਨਾਂ ਦਾ ਜਿਹਦਾ 5-7 ਲੱਖ ਰੁਪਈਆ ਲੱਗ ਗਿਆ ਜਾਂ ਜਿਹੜੇ ਤੁਹਾਡੇ ਇੰਪਲੋਈ 7-7 ਮਹੀਨਿਆਂ 8-8 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ, ਇਹਨਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ। ਹੁਣ ਮੇਰੀ ਬੇਨਤੀ ਆ, ਮੈਂ ਰੈਗੂਲੇਟਰ ਨੂੰ ਵੀ ਟੇਕਅਪ ਕਰੂੰਗਾ, ਇਹ ਨਹੀਂ ਮੈਂ ਤੁਹਾਡੀ ਨਹੀਂ ਸੁਣਵਾਈ, ਤੁਹਾਡੇ ਲਈ ਵੀ ਹਾਹ ਦਾ ਨਾਰਾ ਭਰੂੰਗਾ, ਪਰ ਜੇ ਤੁਸੀਂ ਬਿਲਰਾਊਂ ਅਤੇ ਇੰਪਲੋਈਜ਼ ਨੂੰ ਤਨਖਾਹ ਨਹੀਂ ਦਿਓਗੇ, ਪੈਸੇ ਨਹੀਂ ਦਿਓਗੇ, ਫਿਰ ਅਸੀਂ ਨਕੋਦਰ ਅਤੇ ਹੁਸ਼ਿਆਰਪੁਰ ਜਾ ਵੜਾਂਗੇ ਤੁਹਾਡੇ ਪਲਾਂਟਾਂ 'ਚ। ਮੈਂ ਜਾਊਂ ਇਹਨਾਂ ਦੇ ਨਾਲ ਅਤੇ ਪੈਸੇ ਤੁਹਾਡੇ ਕੋਲੋਂ ਜਦੇ ਮਿੰਟੋ ਮਿੰਟ ਹੀ ਲੈ ਲੈਣੇ ਆ। ਤੁਹਾਨੂੰ ਹਰ ਮਹੀਨੇ ਪੇਮੈਂਟ ਮਿਲਦੀ ਹੈ ਵੀ ਕੁਛ ਬਿਲਰਾਂ ਨੂੰ? ਜਾਣੇ ਖੜੇ ਆ ਮੇਰੇ ਕੋਲ, ਨਹੀਂ ਦਿਓਗੇ ਦਵਾਈ ਦੀ ਮਰੀਜ਼ ਨੂੰ ਅੱਜ ਲੋੜ ਆ, ਤੁਸੀਂ ਕਹੋਗੇ ਦਵਾਈ ਦਿਆਂਗੇ ਸ਼ਿਆਂ ਨੂੰ ਜਾਨੂੰ ਮਰੀਜ਼ ਪਾਰ ਬੋਲ ਜੂ, ਫਿਰ ਫਾਇਦਾ ਕੀ ਆ? ਇਹ ਤਾਂ ਵਿਚਾਰੇ ਰੋਟੀ ਤੋਂ ਆਤਰ ਹੋਏ ਪਏ ਆ। ਸਰ ਐਗਰੀਡ, ਆਏ ਐਗਰੀਡ ਤੁਹਾਡੇ 2 ਯੂਨਿਟ ਚੱਲਦੇ ਆ ਬੜੇ ਸਕਸੈਸਫੁਲੀ, ਤੁਸੀਂ ਨਾ ਗਰੀਬਾਂ ਨੂੰ ਤਾਂ ਨੱਕੀ ਕਰੋ ਨਾ, ਰਹਿ ਗਈ ਗੱਲ ਰੈਗੂਲੇਟਰ ਵਾਲੀ, ਮੈਂ ਰੈਗੂਲੇਟਰ ਨਾਲ ਵੀ ਕਰੂੰਗਾ ਗੱਲ। ਪੰਚਾਇਤ ਦਾ ਠੇਕਾ ਦੋਸਤ ਰੁਲ ਕੇ ਸਰਪੰਚ ਜੀ ਤੇ ਸਾਰੀ ਪੰਚਾਇਤ ਮੇਰੇ ਕੋਲ ਖੜੀ ਹੈ, ਇਹਨਾਂ ਨੂੰ ਠੇਕਾ ਨਹੀਂ ਮਿਲ ਰਿਹਾ। ਜਿਹੜੀ ਕਾਂਡੀ ਤੇਸੀ ਖੜਕਦੀ ਆ ਪਿੰਡ ਦੇ ਵਿੱਚ ਉਹ ਵੀ ਬੰਦ ਹੋ ਗਈ। ਢਾਈ ਰਹਿੰਦਾ ਤੂੰ ਵੀ ਜਿਹੜਾ ਹੋਏਗਾ ਰੋਲ ਰੋਲ ਕੇ ਬਸ ਤੁਸੀਂ ਇੱਕ ਵਾਰੀ ਨੱਕੀ ਕਰ ਲਓ ਸਾਰਾ ਕੁਛ। ਬੈਂਸ ਨੇ ਪਲਾਂਟ ਦੇ ਮੈਨੇਜਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਜਲਦ ਤੋਂ ਜਲਦ ਕਰਮਚਾਰੀਆਂ ਨੂੰ ਤਨਖਾਹ ਨਹੀਂ ਦਿੰਦੇ ਤਾਂ ਬੈਂਸ ਵੱਲੋਂ ਕਰਮਚਾਰੀਆਂ ਸਮੇਤ ਉਹਨਾਂ ਦੇ ਨਕੋਦਰ ਤੇ ਹੁਸ਼ਿਆਰਪੁਰ ਵਾਲੇ ਪਲਾਂਟਾਂ ਦਾ ਘਿਰਾਓ ਕੀਤਾ ਜਾਵੇਗਾ। ਮੈਂ ਡੋਂਟ ਵਰੀ, ਜੇ ਰੈਗੂਲੇਟਰ ਨਹੀਂ ਮੰਨੂਗਾ ਮੈਂ ਵਿਧਾਨ ਸਭਾ 'ਚ ਵੀ ਟੇਕਅਪ ਕਰ ਸਕਦਾ ਤੁਹਾਡਾ ਇਸ਼ੂ, ਤੁਹਾਡੇ ਲਈ ਵੀ ਹਾਹ ਦਾ ਨਾਰਾ ਭਰੂੰਗਾ, ਇਹ ਨਹੀਂ ਹੈਗਾ। ਪਰ ਇਹ ਗਰੀਬ ਲੋਕ ਆ, ਪਹਿਲਾਂ ਇਹਨਾਂ ਦੇ ਪੈਸੇ ਦਿਓ, ਕਿਉਂਕਿ ਤੁਹਾਡੇ 2 ਯੂਨਿਟ ਪੰਜਾਬ ਦੇ ਵਿੱਚ ਬੜੇ ਸਕਸੈਸਫੁਲੀ ਚੱਲ ਰਹੇ ਆ, ਇਹਨੂੰ ਹੁਣ ਜਲਦੀ ਲੈ ਲਿਓ, ਇਹ ਨਾ ਹੋਵੇ ਵੀ ਸਾਨੂੰ ਇਕੱਠੇ ਹੋ ਕੇ ਮੇਰੀ ਮਜਬੂਰੀ ਹੋਊਗੀ, ਮੈਂ ਇਹਨਾਂ ਦੇ ਨਾਲ ਤੁਹਾਡਾ ਨਕੋਦਰ ਅਤੇ ਹੁਸ਼ਿਆਰਪੁਰ ਜਾਊਂਗਾ ਲੈ ਕੇ ਇਹਨਾਂ ਸਾਰਿਆਂ ਨੂੰ, ਮਿਹਰਬਾਨੀ। ਬੈਂਸ ਨੇ ਕਿਹਾ ਕਿ ਮੋਗਾ ਦੇ ਗ੍ਰੀਨ ਐਨਰਜੀ ਪਲਾਂਟ ਪਰਾਲੀ ਤੋਂ ਬਿਜਲੀ ਜਨਰੇਟ ਕਰਦਾ ਹੈ ਤੇ ਸਰਕਾਰ ਨੇ ਉਹਨਾਂ ਨਾਲ 6 ਰੁਪਏ ਦੀ ਬਿਜਲੀ ਖਰੀਦਣ ਦਾ ਕਰਾਰ ਕੀਤਾ ਸੀ, ਹੁਣ ਉਹਨਾਂ ਤੋਂ 5 ਰੁਪਏ ਦੀ ਬਿਜਲੀ ਵੀ ਨਹੀਂ ਲੈ ਰਹੇ। ਨਾਲ ਹੀ ਬੈਂਸ ਨੇ ਕੈਪਟਨ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਬਾਦਲਾਂ ਦੀ ਸਰਕਾਰ ਦੇ ਸਮੇਂ 11 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਜੋ ਡੀਲ ਹੋਈ ਸੀ ਉਹੀ ਡੀਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਹੈ। ਕੈਪਟਨ ਸਰਕਾਰ ਦੇ 2 ਸਾਲ ਬਾਕੀ ਨੇ ਜਿਸ ਕਰਕੇ ਕੈਪਟਨ ਮੀਟਿੰਗਾਂ ਦੀ ਆੜ 'ਚ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਕੋਈ ਫੈਸਲਾ ਨਹੀਂ ਲੈ ਰਿਹਾ। ਗ੍ਰੀਨ ਐਨਰਜੀ ਪਲਾਂਟ ਮਾਣੂਕੇ ਗਿੱਲ ਮੋਗਾ, ਜਿੱਥੇ ਅਸੀਂ ਆ ਦੋਸਤ ਜਿਹੜੇ ਵਿਚਾਰੇ ਅੰਦਰ ਇੰਪਲਾਈਜ਼ ਹੈਗੇ ਆ ਜਿਨ੍ਹਾਂ ਨੇ ਪਰਾਲੀ ਸਪਲਾਈ ਕੀਤੀ ਆ, ਸਾਰੇ ਖੜੇ ਆ, ਕਿਸੇ ਦਾ 10 ਲੱਖ, ਕਿਸੇ ਦਾ 8 ਲੱਖ, ਇਹ ਦੋਸਤ ਜਿਹੜੇ ਲੇਬਰ ਵਾਲੇ ਆ 6-6, 8-8 ਮਹੀਨਿਆਂ ਦੀ ਤਨਖਾਹ, ਮੇਰੀ ਨਾਲ ਗੱਲ ਹੋਈ ਆ, ਆਪ ਤਾਂ ਅੱਜ ਸਾਰੇ ਇੱਥੋਂ ਗਾਇਬ ਆ,
ਮੈਨੇਜਰ ਨੇ ਦੱਸਿਆ ਕਿ ਇਸ ਕੰਪਨੀ ਦੇ ਦੋ ਪਲਾਂਟ ਪੰਜਾਬ ਦੇ ਵਿੱਚ ਹੋਰ ਚੱਲਦੇ, ਇੱਕ ਨਕੋਦਰ ਅਤੇ ਦੂਸਰਾ ਹੁਸ਼ਿਆਰਪੁਰ। ਪਰਾਲੀ ਪ੍ਰਬੰਧਨ ਸਭ ਤੋਂ ਵੱਡਾ ਪੰਜਾਬ ਦੇ ਅੰਦਰ ਪੋਲਿਊਸ਼ਨ ਦੇ ਉੱਤੇ ਕਿੱਡਾ ਰੌਲਾ ਪੈਂਦਾ ਪਰਾਲੀ ਪ੍ਰਬੰਧਨ ਕਰਨ ਵਾਸਤੇ, ਕਿਉਂਕਿ ਪਰਾਲੀ ਤੋਂ ਹੀ ਬਿਜਲੀ ਜਨਰੇਟ ਹੁੰਦੀ ਆ, ਉਹ ਦੂਸਰੇ ਪਲਾਂਟ ਵੀ। ਸਰਕਾਰ ਦੀ ਨਲੈਕੀ ਕਹਿ ਸਕਦਾ ਨਾ, ਮੈਨੂੰ ਜੀ ਐਮ ਨੇ ਦੱਸੀ ਸਾਰੀ ਗੱਲ ਵੀ ਸਾਡੇ ਨਾਲ 6 ਰੁਪਈਏ ਕਰਾਰ ਹੋਇਆ ਸੀ, ਹੁਣ ਸਾਡੀ 5 ਰੁਪਈਏ ਵੀ ਨਹੀਂ ਲੈ ਰਹੇ, ਰੈਗੂਲੇਟਰ ਦੇ ਕੋਲ ਸਾਡਾ ਮਸਲਾ ਪੈਂਡਿੰਗ ਪਿਆ। ਮੈਂ ਮਸਲਾ ਰੈਗੂਲੇਟਰ ਦੇ ਕੋਲ ਵੀ ਟੇਕਅਪ ਕਰੂੰਗਾ, ਕਿਉਂਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਆ, ਇੱਕ ਤਾਂ ਸਾਨੂੰ ਬਿਜਲੀ 6 ਰੁਪਈਏ ਵੀ ਮਿਲ ਗਏ, 5 ਰੁਪਈਏ ਮਿਲ ਜੇ, ਦੂਸਰਾ ਸਭ ਤੋਂ ਵੱਡਾ ਕਿ ਜਿਹੜੀ ਪਰਾਲੀ ਦਾ ਪ੍ਰਬੰਧਨ ਹੁੰਦਾ, ਪਰਾਲੀ ਖੇਤਾਂ ਦੇ ਵਿੱਚੋਂ ਚੱਕ ਕੇ ਕਿਸਾਨ ਨੂੰ ਜਲਾਉਣ ਦੀ ਜ਼ਰੂਰਤ ਨਹੀਂ, ਉਹ ਪਰਾਲੀ ਸਾਰੀ ਦੀ ਸਾਰੀ ਇਸ ਫੈਕਟਰੀ ਦੇ ਵਿੱਚ ਬਿਜਲੀ ਦਾ ਉਤਪਾਦਨ ਕਰਨ ਵਾਸਤੇ ਵਰਤੀ ਜਾ ਸਕਦੀ ਆ। ਪਰ ਸਰਕਾਰ ਖਾਮੋਸ਼ ਹੈਗੀ ਆ, ਚੁੱਪ ਹੈਗੀ ਆ, ਕਿਉਂਕਿ ਦੂਜੇ ਪਾਸੇ 11-11 ਰੁਪਈਏ ਯੂਨਿਟ ਸੁਖਬੀਰ ਬਾਦਲ ਜਿਹਦੇ ਉੱਤੇ ਵੱਡਾ ਰੌਲਾ ਪੈ ਰਿਹਾ ਵੀ ਇਕਰਾਰਨਾਮੇ ਕਰਕੇ ਕੈਪਟਨ ਸਾਰਾ ਕੁਛ ਬੋਂਗਲੋਂ ਤੋਂ ਮਿੱਟੀ ਝਾੜ ਰਿਹਾ, ਕਿਉਂਕਿ ਡੀਲ ਹੋਈ ਸੀ, ਡੀਲ ਉਹਨਾਂ ਵੱਡੇ ਅਮੀਰ ਘਰਾਣਿਆਂ ਦੇ ਨਾਲ ਜਿਹੜੇ ਪੰਜਾਬ ਦੇ ਅੰਦਰ 11 ਰੁਪਈਏ ਯੂਨਿਟ ਬਿਜਲੀ ਦੇ ਇਕਰਾਰਨਾਮੇ ਸਰਕਾਰ ਨਾਲ ਕਰਕੇ ਇੱਕ ਡੀਲ ਦੇ ਤਹਿਤ, ਅਤੇ ਉਹੀ ਡੀਲ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਆਈ ਹੋਈ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਡੀਲ ਜਿਹੜੀ ਬਾਦਲਾਂ ਵੇਲੇ ਅਤੇ 5 ਸਾਲ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਹੈ, ਕੈਪਟਨ ਸਾਹਿਬ ਦੇ 2 ਸਾਲ ਹਜੇ ਬਾਕੀ ਹੈ। ਹੁਣ ਕੈਪਟਨ ਸਾਹਿਬ ਤਾਂ ਹੀ ਉਹਦੇ 'ਤੇ ਕਦੇ 5-ਮੈਂਬਰੀ ਕਮੇਟੀ ਬਣਾਉਂਦੇ ਆ, ਕਦੇ ਲੋਕਾਂ ਕੋਲ ਸ਼ਗੂਫਾ ਛੱਡਦੇ, ਮੈਂ ਵਾਈਟ ਪੇਪਰ ਲੈ ਕੇ ਆ ਰਿਹਾ, ਕੱਟੇ ਨੂੰ ਮਣ ਦੁੱਧਾ ਕੀ ਪਾ, ਲੋਕਾਂ ਨੇ ਵਾਈਟ ਪੇਪਰ ਤੋਂ ਕੀ ਲੈਣਾ, ਲੋਕਾਂ ਨੇ 5-ਮੈਂਬਰੀ ਕਮੇਟੀ ਤੋਂ ਕੀ ਲੈਣਾ, ਲੋਕਾਂ ਨੂੰ ਤਾਂ ਬਿਜਲੀ ਸਸਤੀ ਚਾਹੀਦੀ ਹੈ। ਮੇਰੇ ਕੋਲ ਹਜ਼ਾਰਾਂ ਪੰਜਾਬ ਦੇ ਐਸੇ ਪਰਿਵਾਰਾਂ ਦੇ ਨਾਮ ਆ ਜਿਹੜੇ ਹਨੇਰੇ 'ਚ ਬੈਠੇ ਆ, ਬਿਜਲੀ ਦਾ ਬਿੱਲ ਨਹੀਂ ਜਮ੍ਹਾਂ ਕਰਾ ਸਕੇ, ਕਨੈਕਸ਼ਨ ਕੱਟ ਗਏ। ਸੋ ਮੈਂ ਇਹ ਮਸਲਾ ਵਿਧਾਨ ਸਭਾ 'ਚ ਜ਼ਰੂਰ, ਪਈ ਬਜਟ ਸੈਸ਼ਨ ਆ ਰਿਹਾ ਉੱਥੇ ਵੀ ਜ਼ੋਰ ਸ਼ੋਰ ਦੇ ਨਾਲ ਇਹ ਮਸਲਾ ਚੁੱਕਿਆ। ਹੁਣ ਵੇਖਣਾ ਇਹ ਹੋਵੇਗਾ ਕਿ ਬਹਿਸ ਦੀ ਇਸ ਵੀਡੀਓ ਦਾ ਪਲਾਂਟ ਅਧਿਕਾਰੀਆਂ ਤੇ ਕੀ ਅਸਰ ਪਵੇਗਾ, ਐਨਰਜੀ ਪਲਾਂਟ ਵੱਲੋਂ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਂਦਾ ਹੈ ਜਾਂ ਫਿਰ ਬਰਨਾਲਾ ਉੱਥੋਂ ਦੀ ਉੱਥੇ ਹੀ ਰਹੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।